ਜੈਮਲ ਫਤਿਹ ਚੰਦ ਬਾਰੇ ਕਿਹਨੇ ਕਿਹਨੇ ਸੁਣਿਆ? ਇਹ ਮੇਰੇ ਦੱਸਣ ਦਾ ਰੀਜ਼ਨ ਕਾਰਨ ਇਹ ਹੈ ਕਿ ਇਹ ਸਾਡੇ ਮੁਲਕ ਦੀਆਂ ਸਾਡੇ ਪੰਜਾਬੀ ਮਾਂ ਬੋਲੀ ਦੀਆਂ ਵਾਰਾਂ ਨੇ, ਜਿਹਨਾਂ ਨੂੰ ਸੁਣ ਕੇ ਸਾਡੇ ਪੁਰਾਣੇ ਮੋਢੀ ਬੰਦੇ ਜਿਹੜੇ ਸੁਣਦੇ ਹੁੰਦੇ ਸੀਗੇ ਉਹ ਕਹਿੰਦੇ ਹੋਏ ਅਸੀਂ ਅਣਖੀ ਲੋਕ ਹਾਂ, ਸਾਡੇ 'ਚ ਅਣਖ ਪੈਦਾ ਹੁੰਦੀ, ਜਨੂੰਨ ਪੈਦਾ ਹੁੰਦਾ ਇਹ ਵਾਰਾਂ ਸੁਣ ਕੇ। ਖੈਰ ਅੱਜ ਕੱਲ੍ਹ ਕਲਾਕਾਰ ਬਹੁਤ ਘੱਟ ਗਾਉਂਦੇ ਆ, ਫਿਲਹਾਲ ਤੁਹਾਨੂੰ ਸੁਣਾਉਣ ਲੱਗੇ ਹਾਂ। ਇਹਦਾ ਕਹਿਣ ਦਾ ਮਕਸਦ ਇਹ ਹੈ ਕਿ ਪਿੱਛੇ ਜੇ ਸਤਿੰਦਰ ਸਰਤਾਜ ਦਾ ਗਾਣਾ ਆਇਆ ਸੀ, ਮੈਂ ਬਹੁਤ ਸੁਣਦਾ ਸੀਗਾ, ਕਿਹੜਾ ਕਿ ਤੇਰਾ ਖੂਨ ਠੰਡਾ ਹੋ ਗਿਆ ਹੋਏ ਖੌਲਦਾ ਨਹੀਂ, ਇਹ ਵਿਰਸੇ ਦਾ ਮਸਲਾ ਹੋਏ ਮਖੌਲਦਾ ਨਹੀਂ, ਇਹ ਵਿਰਸੇ ਦਾ ਮਸਲਾ ਆਇਆ ਮਖੌਲਦਾ ਨਹੀਂ। ਖੈਰ ਅੱਜ ਉਹਨਾਂ ਵਾਰਾਂ ਨੂੰ ਉਹਨਾਂ ਗੱਲਾਂ ਨੂੰ ਅਸੀਂ ਨਹੀਂ ਸੁਣਦੇ। ਲਓ ਤੁਹਾਡੀ ਨਜ਼ਰ ਅੱਜ ਇੱਕ ਜੈਮਲ ਫਤਿਹ ਨੌਜਵਾਨਾਂ ਵਾਸਤੇ, ਨੌਜਵਾਨ ਪੀੜ੍ਹੀ ਵਾਸਤੇ ਦੱਸਣ ਲੱਗਾ ਵੀ ਦੋ ਬੰਦੇ ਸੀਗੇ ਦਿੱਲੀ ਦਾ ਬਾਦਸ਼ਾਹ ਹਾਲਾਤ, ਜ਼ਰਾ ਸੁਣਿਓ ਤੁਹਾਡੀ ਨਜ਼ਰ ਕਰ। ਇੱਜ਼ਤ ਬਾਜ ਨਾ ਕਦੇ ਮੁੱਛ ਖੜੀ। ਸੋ ਤੁਹਾਡੀ ਨਜ਼ਰ ਉਸ ਵੇਲੇ ਦੀ ਗੱਲ ਕਰ ਰਹੇ, ਜੈਮਲ ਫਤਿਹ ਚੰਦ ਬੜੇ ਸੂਰਮੇ ਹੋਏ, ਪਹਿਲਵਾਨ ਹੋਏ, ਦਿੱਲੀ ਅਕਬਰ ਬਾਦਸ਼ਾਹ ਦੇ ਦਰਬਾਰ ਪੁੱਜੇ। ਬਾਦਸ਼ਾਹ ਨੂੰ ਕਹਿੰਦੇ, ਬਾਦਸ਼ਾਹ ਅਸੀਂ ਸੂਰਮੇ ਆ ਤਾਂ ਨਹੀਂ, ਨਿਸ਼ਾਨਾ ਸਾਡਾ, ਸਾਨੂੰ ਵੀ ਮੌਕਾ ਦਿੱਤਾ ਜਾ। ਉਹਦੇ ਜਿਹੜੇ ਅੱਗੇ ਤੁਹਾਨੂੰ ਪਤਾ ਕਿ ਚਮਚੇ ਰੱਖੇ ਹੁੰਦੇ ਨਾ, ਉਹ ਛੇਤੀ ਕਰਕੇ ਮਿਲਣ ਨਹੀਂ ਦਿੰਦੇ ਮੇਨ ਉਸਤਾਦ ਨੂੰ, ਇਸ ਲਈ ਚਮਚਾਗਿਰੀ ਵੀ ਕਿਸੇ ਦੀ ਕਰਨੀ ਨਹੀਂ ਚਾਹੀਦੀ। ਕਈ ਚਮਚੇ ਬੜੇ ਹੁੰਦੇ ਆ, ਉਹ ਗਾਂ ਉਹਨਾਂ ਦੇ ਰੱਖੇ ਹੋਏ ਸੀਗੇ, ਉਹ ਆਂਦਾ ਨਹੀਂ ਬਾਦਸ਼ਾਹ ਨੂੰ ਨਹੀਂ ਮਿਲ ਸਕਦੇ। ਕਹਿੰਦੇ ਬਾਦਸ਼ਾਹ ਸਾਨੂੰ ਇੱਕ ਵਾਰੀ ਮੌਕਾ ਤਾਂ ਦਿਓ। ਜੈਮਲ ਫਤਿਹ ਚੰਦ ਜੀ ਬੜੇ ਸੂਰਮੇ ਸੀ, ਪਹਿਲਵਾਨ ਸੀਗਾ, ਅਤੇ ਜਿਹੜਾ ਜੈਮਲ ਚੰਦ ਸੀਗਾ ਉਹ ਵਿਚਾਰਾ ਥੋੜ੍ਹਾ ਜਿਹਾ ਨਰਮ ਜਿਹਾ ਠੰਡਾ ਜਿਹਾ ਸੀਗਾ, ਅਤੇ ਜਿਹੜਾ ਫਤਿਹ ਚੰਦ ਸੀ ਨਾ ਉਹਦਾ ਕੰਮ ਫਤਿਹ ਹੀ ਸੀਗਾ। ਉਹ ਐਂ ਵੱਜਦਾ ਸੀ ਇੱਕ ਜਿਵੇਂ ਇੱਟ ਵੱਜਦੀ ਨਾ। ਬਾਦਸ਼ਾਹ ਨੂੰ ਕਹਿੰਦਾ, ਬਾਦਸ਼ਾਹ ਤੂੰ ਸਾਨੂੰ ਮੌਕਾ ਤਾਂ ਦੇ ਯਾਰ। ਉਹਨਾਂ ਵਜ਼ੀਰ ਭੇਜਿਆ, ਉਹਦਾ ਵਜ਼ੀਰ ਕਹਿੰਦਾ, ਕਾਣੋ ਐਵੇਂ ਮੂੰਹ ਚੱਕੇ ਆ ਜਾਂਦੇ ਹੋ, ਕਾਣੋ ਤੁਸੀਂ? ਫਤਿਹ ਚੰਦ ਨੂੰ ਗੁੱਸਾ ਆ ਗਿਆ, ਜੈਮਲ ਚੰਦ ਰੋਕਦਾ ਹੁੰਦਾ ਸੀ, ਓਏ ਗੁੱਸਾ ਨਾ ਕਰਿਆ ਕਰ, ਮਾੜੀ ਜਿਹੀ ਗੱਲ ਹੁਣ ਕੱਢ ਕੇ ਬਹਿ ਜਾਂਦਾ ਸੀ ਪਿਓ ਨੂੰ, ਕਹਿੰਦਾ ਲੈ ਹੁਣ ਬੋਲ। ਫਤਿਹ ਚੰਦ ਜਵਾਬ ਦਿੰਦਾ, ਉਹ ਪੁੱਛਦਾ ਕਹਿੰਦਾ ਕੌਣ ਹੋ, ਕਿੱਥੋਂ ਆਇਓ? ਫਤਿਹ ਚੰਦ ਕਹਿੰਦਾ, ਕਹਿੰਦਾ ਉਹ ਅਸੀਂ ਦੋਵੇਂ ਸੂਰਮੇ, ਖਾ ਖਾ ਪਲੇ ਖਰਾਕਾਂ, ਇੱਕ ਦੇ ਨਾਲ ਇੱਕ ਮਾਰ ਕੇ ਭੰਨ ਦਈਏ ਖਾਕਾਂ। ਸਾਡੇ ਅੱਗੇ ਦੁਸ਼ਮਣ ਲੜੇ ਨਾ ਜਦ ਤੀਰ ਚਲਾਈਏ, ਮੌਕਾ ਦੇ। ਬਾਦਸ਼ਾਹ ਨੇ ਮੌਕਾ ਦਿੱਤਾ, 500,000 ਬੰਦਾ ਇੱਕ ਪਾਸੇ ਲਾਤਾ, 500,000 ਬੰਦਿਆਂ ਚੋਂ ਜੇਤੂ ਰਹੇ। ਬਾਦਸ਼ਾਹ ਨੇ ਆਪਣੇ ਘਰ ਰੱਖ ਲਿਆ ਸੂਰਮੇ ਜਾਣ। ਇੱਕ ਦਿਨ ਕਿਸੇ ਨੇ ਚੁਗਲੀ ਲਾ ਤੀ, ਬਾਦਸ਼ਾਹ ਇਹ ਜਿਹੜੇ ਰੱਖੇ ਤੇਰੇ ਪਿਓ ਹੀ, ਰੰਡੀ ਤਾਂ ਰੰਡ ਕੱਟ ਲਵੇ ਪਰ ਵਸਣ ਨਹੀਂ ਦਿੰਦੇ ਲੋਕ ਕੁੜੇ। ਬਾਦਸ਼ਾਹ ਨੇ ਰੱਖ ਲਿਆ, ਔਰ ਜਿਹੜੇ ਇੱਧਰ ਦੇ ਸੀ ਨਾ ਜਿਹੜੇ ਬਾਦਸ਼ਾਹ ਨੂੰ ਕਹਿੰਦੇ, ਬਾਦਸ਼ਾਹ ਪਿਓ ਹੀ ਮੈਂ ਤੇਰੇ ਰਗੜਨਗੇ ਤੈਨੂੰ। ਬਾਦਸ਼ਾਹ ਕਹਿੰਦਾ, ਕੀ ਹੈ? ਇਹਨਾਂ ਕੋਲ ਹਥਿਆਰ ਨੇ ਬੜਾ ਕੁਝ, ਇਹਨਾਂ ਕੋਲ ਤੇਰੇ ਚ ਹੈ ਨਹੀਂਗਾ। ਬਾਦਸ਼ਾਹ ਕਹਿੰਦਾ, ਅੱਛਾ? ਬਾਦਸ਼ਾਹ ਨੂੰ ਬੁਲਾਇਆ, ਸੂਰਮੇ ਨੂੰ ਬੁਲਾ ਕੇ ਕਹਿੰਦਾ, ਉਹ ਤੁਹਾਡੇ ਕੋਲ ਇਹ ਕੁਝ ਚੀਜ਼ਾਂ ਨੇ। ਉਹ ਕਹਿੰਦੇ, ਬਾਦਸ਼ਾਹ ਦੇ ਦਾਂਗੇ, ਤੂੰ ਮੰਗੋ ਤੋ ਜਾਨ ਵੀ ਹਾਜ਼ਰ, ਬਸ ਕਭੀ ਟਕਰਾਣਾ ਮਤ ਇਤਨਾ ਯਾਦ ਰੱਖਣਾ, ਤੂੰ ਮੰਗੋ ਤੋ ਮਾਲਿਕ ਜਾਨ ਵੀ ਹਾਜ਼ਰ, ਬਸ ਟਕਰਾਏ ਹੋਣਾ ਕਿੱਥੇ, ਵਹਿਮ ਜਿਹਾ ਨਾ ਭੁਲਾ ਬੈਠੋ। ਗੱਲ ਮੁੱਕਦੀ ਕੀ ਉੱਥੇ ਹੀ, ਗੱਲ ਆ ਕੇ ਖੜ ਗਈ, ਬੋਲੀ ਕਾਜ ਵਿਗਾੜਿਆ ਸੁਣ ਜੈਮਲ ਮਤ ਆਈ, ਉਹ ਸੈਮਣਾ ਨੂੰ ਦੁੱਧ ਨੂੰ ਤੋਲਾ ਪਰ ਖੱਟਾ ਹੀ ਸਾਮਣ, ਦੁੱਧ 'ਚ ਮਾੜਾ ਜਿਹਾ ਨਿੰਬੂ ਨਚੋੜ ਦੋ, ਐਸੀ ਕੀਤਾ ਐਸੀ ਕਰ ਦਿੰਦਾ ਫੜ। ਬਾਦਸ਼ਾਹ ਨੇ ਸਭ ਕੁਝ ਮੰਗਲਿਆ, ਦੇਣ ਲਈ ਹਾਜ਼ਰ ਹੋ ਗਏ। ਜਦੋਂ ਆਖਿਆ ਨਾ, ਬਾਦਸ਼ਾਹ ਕਹਿੰਦਾ ਜੈਮਲ ਚੰਦ ਨੂੰ, ਜੈਮਲਾ ਇੱਕ ਸ਼ੈ ਮੈਂ ਮੰਗਾ, ਸੰਗਦਾ ਨਹੀਂ ਨਾ ਮੈਂ ਕਿਸੇ ਤੋਂ, ਨਾ ਤੈਥੋਂ ਸੰਗਾ, ਬੀਬੀ ਸੰਦਲ ਦੱਸ ਦੇਣੇ ਘਰ ਵਿੱਚ ਤੇਰੇ, ਮੈਨੂੰ ਡੋਲਾ ਆਉਂਦਾ ਦੇ, ਬਸ ਲਿਆਵਾਂ ਇਸ ਵੇਲੇ ਪੈ ਗਿਆ ਪੰਗਾ। ਜਦੋਂ ਇੱਜ਼ਤ ਮੰਗ ਲਈ ਨਾ, ਇੱਜ਼ਤ ਦੀ ਗੱਲ ਆਈ, ਜੈਮਲ ਫਤਿਹ ਚੰਦ ਕਹਿੰਦੇ, ਬਾਦਸ਼ਾਹ ਹੋਰ ਸਭ ਕੁਝ ਦੇਣ ਲਈ ਤਿਆਰ ਸੀ, ਤੈਨੂੰ ਕਿਹਾ ਸੀ ਮੈਂ ਸਾਡੇ ਨਾਲ ਅੜੀ ਨਾ, ਸਭ ਕੁਝ ਦੇ ਦਾਂਗੇ, ਪਰ ਇਹ ਜਿਹੜੀ ਤੂੰ ਗੱਲ ਕਹੀ ਨਾ, ਪਰ ਆ ਜਾ, ਤੂੰ ਸਾਡੀ ਇੱਜ਼ਤ ਨੂੰ ਵੰਗਾ ਰਿਹਾ, ਹੁਣ ਤੈਨੂੰ ਇਹ ਛੱਡਾਂਗੇ ਨਹੀਂ, ਰਗੜਾਂਗੇ। ਬਾਦਸ਼ਾਹ ਦੇ ਨਾਲ ਪਹਿਲੀ ਜੰਗ ਉਹਨਾਂ ਦੀ ਜੇਤੂ ਰਹੀ, ਦੋ ਬੰਦੇ ਹਜ਼ਾਰ,
ਉਧਰ ਹਜ਼ਾਰ ਦੇ ਇਧਰ ਦੋ ਲਓ ਜੀ ਲਾਸਟ ਜੰਗ ਦਾ ਨਜ਼ਾਰਾ ਪੇਸ਼ ਕਰਨ ਲੱਗਾ ਆਪਣੀ ਮਾਂ ਨਾਲ ਜੈਮਲ ਫਤਿਹ ਚੰਦ ਕੁਝ ਗੱਲਾਂ ਕਰ ਰਹੇ ਨੇ ਸੁਣਨਾ ਧਿਆਨ ਨਾਲ ਸਾਡੇ ਨਾਲ ਚੰਗਾ ਨਹੀਂ ਕੀਤਾ ਉਹਨੇ ਸਾਡੇ ਕੋਲੋਂ ਇੱਜ਼ਤ ਮੰਗੀ ਆ ਮਾਂ ਨਹੀਂ ਰਗੜ ਦਾਂਗੇ ਫੜ ਕੇ ਉਹਨੂੰ ਪੁੱਤਰੋ ਜੇ ਮੇਰੇ ਸ਼ੇਰਾਂ ਨੂੰ ਕੁਝ ਹੋ ਗਿਆ ਤੇ ਮੈਨੂੰ ਪਤਾ ਕਿੱਦਾਂ ਲੱਗੂਗਾ ਤੇ ਮਾਂ ਨੂੰ ਇੱਕ ਬਜਾਰਤ ਪਾਉਂਦੇ ਆ ਮਾਂ ਨੂੰ ਇੱਕ ਗੱਲ ਜੀ ਦੱਸਦੇ ਸੀ ਨਾ ਧਿਆਨ ਨਾਲ ਕੀ ਕਹਿੰਦੇ ਆ ਭਰ ਲੈ ਦੁੱਧ ਦਾ ਉਹਨੂੰ ਰੱਖ ਲੈ ਗੋਡੇ ਨਾਲ ਜਦੋਂ ਦੁੱਧ ਤੋਂ ਲਹੂ ਬਣ ਜਾਏਗਾ ਉਦੋਂ ਲਈ ਤੂੰ ਸੁਰਤ ਸੰਭਾਲ ਉਦੋਂ ਸਮਝ ਲਈ ਮਾਤਾ ਮੇਰੀਏ ਨੀ ਫਲ ਟੱਟ ਜਾਣੇ ਵੱਲ ਨਾ
ਨਹੀਂ ਪੁੱਛ ਰਹੇ। ਦਿੱਲੀ ਦੇ ਬਾਦਸ਼ਾਹ ਨੂੰ ਮਿਲਦੇ ਆ, ਪਹਿਲੀ ਜੰਗ ਜਿੱਤੇ, ਦੂਜੀ ਜਦੋਂ ਹੋਣ ਲੱਗੀ ਨਾ, ਬਾਦਸ਼ਾਹ ਦੇ ਬੰਦੇ ਘਬਰਾ ਗਏ, ਇੱਧਰ ਦੋ ਸੀਗੇ। ਬਾਦਸ਼ਾਹ ਨੂੰ ਕਹਿੰਦੇ, ਬਾਦਸ਼ਾਹ ਸਾਥੋਂ ਨਹੀਂ ਮੈਂ ਲੜੂੰਗਾ। ਉਹ ਬਾਦਸ਼ਾਹ ਕਹਿੰਦਾ, ਗੱਲ ਕੀ ਹੋਈ ਹੈ? ਕਹਿੰਦਾ, ਮੈਂ ਸੱਪ ਹੀ ਸੱਪ। ਕਹਿੰਦਾ ਕਹਿੰਦਾ ਸੱਪ ਪਾਣੀ ਨਹੀਂ ਮੰਗਣ ਦਿੰਦਾ ਧਰਮ ਨਾਲ। ਕਹਿੰਦੇ ਅੱਛਾ। ਤੇ ਕਹਿੰਦਾ, ਹੁਣ ਫਿਰ ਬਾਦਸ਼ਾਹ ਤੈਨੂੰ ਰਗੜਨਗੇ, ਯਾਦ ਰੱਖੇ, ਤੈਨੂੰ ਰਗੜਨਗੇ ਬੰਦੇ। ਤੇ ਬਾਦਸ਼ਾਹ ਬੜਾ ਘਬਰਾਇਆ, ਡਾਡਾ ਘਬਰਾਇਆ। ਨਜੂਮੀਆਂ ਨੂੰ ਸੱਦਾ, ਪੰਡਤਾਂ ਨੂੰ ਸੱਦਾ, ਪੰਡਤਾਂ ਨੂੰ ਕਹਿੰਦਾ, ਓਏ ਮੇਰੀ ਜਾਨ ਬਚਾਓ, ਨਹੀਂ ਤਾਂ ਮੈਨੂੰ ਮਾਰ ਦੇਣਗੇ ਬੰਦੇ, ਨਹੀਂ ਤਾਂ ਬੰਦੇ ਮੈਨੂੰ ਮਾਰ ਦੇਣਗੇ, ਮੇਰੀ ਜਾਨ ਬਚਾਓ। ਬਾਦਸ਼ਾਹ ਨੇ ਕੀ ਕੀਤਾ? ਬਾਦਸ਼ਾਹ ਨੇ ਪੰਡਤਾਂ ਨੂੰ ਸੱਦਿਆ, ਆਉਂਦਾ, ਓਏ ਮੇਰੀ ਜਾਨ ਬਚਾਓ। ਪੰਡਤਾਂ ਨੇ ਦੱਸਿਆ, ਬਾਦਸ਼ਾਹ ਸੱਚ ਕਹਿੰਦੀ ਵੇ ਤੇਰੀ ਫੌਜ, ਤੈਨੂੰ ਰਗੜਨਗੇ। ਇਹਨਾਂ ਕੋਲੋਂ ਧੀ ਮੰਗ ਲਈ ਕਿ ਮੌਤ ਮੰਗ ਲਈ? ਬਾਦਸ਼ਾਹ ਕਹਿੰਦਾ, ਓਏ ਮੈਂ ਮਾਫ਼ੀ ਮੰਗੀ ਤਾਂ ਮੇਰੇ ਪੱਲੇ ਕੱਖ ਨਹੀਂ ਰਹਿਣਾ। ਇੱਕ ਮੁੱਢ ਪਦੀਮੋਂ ਗੱਲ ਚੱਲਦੀ ਆਉਂਦੀ ਸੱਜਣੋ, ਕਿਹੜੀ? ਬੇਈਮਾਨੀ। ਬਾਦਸ਼ਾਹ ਇਹੋ ਹੀ ਕੰਮ ਆ ਸਕਦਾ ਤੇਰੇ ਹਿਸਾਬ ਕਿਤਾਬ? ਲਓ ਜੀ, ਧੋਖਾ ਕਰਤਾ ਮਾਂ ਦੇ ਪੁੱਤਰਾਂ ਨਾਲ, ਉਹ ਮਾਂ ਦੇ ਸ਼ੇਰਾਂ ਦੇ ਨਾਲ ਧੋਖਾ ਕਰਕੇ ਕਿਵੇਂ ਮਾਰ ਦੇ? ਉਹ ਸੁਣਨਾ ਧਿਆਨ ਨਾਲ। ਸ਼ਹੀਦੀ ਰਾਜਪੂਤ ਫੱਤੇ ਬਲਵਾਨ, ਆ ਜਾਓ ਫੱਤੇ ਘੋੜਾ ਛੇੜਿਆ, ਮਦਾਨ ਆ ਕਿਸੇ ਲੁਕ ਕੇ ਬਰਛਾ ਮਾਰਿਆ। ਬਰਛਾ ਮਾਰਿਆ ਵੱਜਾ ਜੈਮਲ ਚੰਦ ਨੂੰ ਆ, ਯਾਰੋ ਘੋੜੇ ਯੁੱਧੋਂ ਡਿੱਗ ਪਿਆ। ਘੋੜੇ ਉੱਤੋਂ ਡਿੱਗ ਪਿਆ, ਡਿੱਗ ਕੇ ਲਾਇਆ, ਆ ਮੇਰੀ ਮਾਂ ਨੂੰ ਸੁਣਿਆ ਦੇ ਦਿਓ, ਉਹ ਫੱਤਾ ਨਹੀਂ ਜੇ ਜਗ ਰਿਹਾ, ਜਮ ਨਹੀਂ ਜੇ ਜਗ ਰਿਹਾ, ਉਹ ਫੱਤਾ ਨਹੀਂ ਜੇ ਜਗ ਰਿਹਾ, ਉਹ ਬੇਲੀਆ ਨਹੀਂ ਜੇ ਜਗ ਰਿਹਾ, ਉਹ ਫੱਤਾ ਨਹੀਂ ਜੇ ਜਗ ਰਿਹਾ। ਤਾੜੀ ਤਾਂ ਵਜਾ ਦਿਓ ਜੇ ਚੰਗਾ ਲੱਗਿਆ ਤਾਂ। ਗੱਲ ਕੀ ਹੈ?